ਸੋ ਸੰਗਤ ਜੀ, ਅੱਜ ਪਿੰਡ ਭਗਵਾਨਪੁਰ ਭੁਲੱਥਾ, ਜਿੱਥੇ ਕਿ ਫਿਰ ਇੱਕ ਵਾਰੀ ਜੋ ਹਫ਼ਤਾ ਪਹਿਲਾਂ ਪਿੱਛੇ ਜੰਡਿਆਲੇ 'ਚ ਵਿਰਧ ਵੀ ਹੋਈ ਸੀ, ਹਜੇ 2-3 ਦਿਨ ਲੰਘੇ ਨਹੀਂ ਕਿ ਜਿਹੜੀ ਪਿੰਡ ਭਗਵਾਨਪੁਰ ਵਿਖੇ ਭੁਲੱਥਾ ਜਿਹੜੀ ਅੱਜ ਵਿਰਧ ਵੀ ਹੋਈ, ਜਿਹੜੀ ਕਿ ਅੱਜ ਦਿਨੇ 3:30 ਵਜੇ ਜਿਹੜਾ ਦੁਸ਼ਟ ਪਾਪੀ ਗੁਰੂ ਘਰ ਵਿੱਚ ਆਉਂਦਾ ਆ ਅਤੇ ਆ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 598 ਅੰਕ ਤੋਂ ਲੱਗ ਕੇ 598 ਅੰਕ ਤੋਂ ਲੱਗ ਕੇ 612 ਤੱਕ ਜਿਹੜੇ ਅੰਗ ਆ ਉਹ ਸਾਰੇ ਪਾੜ ਕੇ ਤੇ ਸਰੂਪ ਨੂੰ ਜਿਹੜਾ ਅੱਗੇ ਸਿੱਟ ਦਿੱਤਾ ਜਾਂਦਾ ਹੈ। ਤੇ ਇਹ ਜਿਹੜੀ ਹੈਗੀ ਆ ਬੜੀ ਦੁਖਦਾਇਕ ਖਬਰ ਆ, ਸਿੱਖ ਪੰਥ ਦੇ ਸਾਰਿਆਂ ਦੇ ਹਿਰਦੇ ਜਿਹੜੇ ਬਲੂੰਦਰ ਗਏ ਆ। ਤੇ ਅਸੀਂ ਸਾਰੇ ਅੱਜ ਜਥੇਬੰਦੀਆਂ ਦੁਪਹਿਰ ਦੀ ਇੱਥੇ ਪਹੁੰਚੀਆਂ ਸੀ, ਬਾਬਾ ਨਿਹੰਗ ਸਿੰਘ ਜੀ, ਹੋਰ ਵੀ ਜਿਹੜੀਆਂ ਜਥੇਬੰਦੀਆਂ, ਬਾਬਾ ਗੁਰਦੇਵ ਸਿੰਘ ਜੀ, ਭਾਈ ਸੁਰਿੰਦਰ ਸਿੰਘ ਜੀ, ਹੋਰ ਵੀ ਜਿਹੜੇ ਸਤਿਕਾਰ ਕਮੇਟੀ ਪੰਜਾਬ। ਤੇ ਜਦੋਂ ਆਣ ਕੇ ਅਸੀਂ ਦੇਖਿਆ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਅੰਗ ਬਹੁਤ ਬੁਰੀ ਤਰ੍ਹਾਂ ਜਿਹੜੇ ਉਹ ਜ਼ਖਮੀ ਕੀਤੇ ਹੋਏ ਸੀਗੇ। ਸੋ ਸੰਗਤ ਜੀ, ਆਪਾਂ ਵਾਰ ਵਾਰ ਕਹਿੰਦੇ ਹਾਂ ਕਿ ਆਪਣੇ ਗੁਰੂ ਘਰਾਂ ਵਿੱਚ ਪਹਿਰੇਦਾਰੀ ਹੋਵੇ, ਤਾਂ ਜੋ ਏਦਾਂ ਤੁਸੀਂ ਸਬਕ ਲੈਂਦੇ ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਉਹ ਗੁਰੂ ਘਰ ਵਾਲੇ ਸਬਕ ਲੈਂਦੇ, ਠੀਕ ਆ ਜੀ, ਅੱਗੇ ਤੋਂ ਨਹੀਂ ਹੋਵੇਗੀ। ਪਰ ਸਾਨੂੰ ਇਹ ਇੰਤਜ਼ਾਰ ਰਹੂਗਾ ਵੀ ਆਪਾਂ ਸਾਡੇ ਗੁਰੂ ਘਰ ਵਿੱਚ ਬੇਅਦਬੀ ਹੋਊਗੀ ਤਾਂ ਫਿਰ ਆਪਾਂ ਜਿਹੜੀ ਪਹਿਰੇਦਾਰੀ ਕਰਾਂਗੇ। ਸੰਗਤ ਜੀ, ਸਾਡੀ ਹੱਥ ਜੋੜ ਕੇ ਬੇਨਤੀ ਆ, ਆਪਣੇ ਗੁਰੂ ਘਰਾਂ 'ਚ ਪਹਿਰੇਦਾਰੀ ਕਰੋ। ਅੱਜ ਜਿਹੜੀਆਂ ਸਿੱਖ ਜਥੇਬੰਦੀਆਂ ਵੱਲੋਂ, ਬਾਬਾ ਨਿਹੰਗ ਸਿੰਘ ਫੌਜਾਂ ਵੱਲੋਂ, ਅਸੀਂ ਅੱਜ ਜਿਹੜੀ ਕਮੇਟੀ ਆ, ਜਿੱਦਾਂ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਆ ਕਿ ਜਿਹੜੀ ਕਮੇਟੀ ਜਿੱਥੇ ਵੀ ਬੇਅਦਬੀ ਹੁੰਦੀ ਗੁਰੂ ਘਰ ਵਿੱਚ, ਉਸ ਘਰ ਦੀ ਕਮੇਟੀ ਜਿਹੜੀ ਹੈਗੀ ਆ ਜ਼ਿੰਮੇਵਾਰ ਹੋਊਗੀ, ਤੇ ਜਿਹੜੇ ਵਿੱਚ ਗ੍ਰੰਥੀ ਵੀ ਜ਼ਿੰਮੇਵਾਰ ਹੋਊਗਾ। ਸੋ ਅੱਜ ਇੱਥੇ ਵੀ ਜਿਹੜੀ ਜ਼ਿੰਮੇਵਾਰੀ ਜਿਹੜੀ ਇਹਨਾਂ ਨੇ ਨਹੀਂ ਨਿਭਾਈ ਕਮੇਟੀ ਨੇ, ਤੇ ਜਿਹੜੀ ਕਮੇਟੀ ਭੰਗ ਕਰਕੇ ਆਪਾਂ ਜਿਹੜੀ ਆ, ਜਿੰਨਾ ਚਿਕਰ ਕਮੇਟੀ ਨਵੀਂ ਨਹੀਂ ਬਣ ਜਾਂਦੀ ਉਹਨਾਂ ਦੇਰ ਆਪਾਂ ਜਿਹੜੇ ਹੈਗੀ ਆ ਕਮੇਟੀ ਦੇ ਨਵੇਂ ਜਿਹੜੇ ਪ੍ਰਬੰਧਕ ਲਾ ਦਿੱਤੇ ਆ, ਜਿਹਨਾਂ ਵਿੱਚੋਂ ਭਾਈ ਤਰਨਜੀਤ ਸਿੰਘ, ਭਾਈ ਜਸਵੀਰ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਜੀ, ਭਾਈ ਪਿਤਪਾਲ ਸਿੰਘ ਜੀ, ਭਾਈ ਜੀਵਨ ਸਿੰਘ ਜੀ। ਸੋ ਇਹ ਪਿਆਰੇ ਜਿਹੜੇ ਜਿੰਨਾ ਚਿਕਰ ਕਮੇਟੀ ਨਹੀਂ ਬਣਦੀ ਉਹਨਾਂ ਚਿਕਰ ਇਹ ਸੇਵਾ ਕਰਨਗੇ। ਜੇ ਇਹਨਾਂ ਦੇ ਸੇਵਾ ਦੌਰਾਨ ਕੋਈ ਬੇਅਦਬੀ ਪਾਈ ਜਾਂਦੀ ਆ ਤੇ ਇਹ ਜ਼ਿੰਮੇਵਾਰ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਸੰਗਤ ਜੀ, ਬਿਲਕੁਲ ਜਿਹੜੀ ਭਾਈ ਸਾਹਿਬ ਜੀ ਨੇ ਗੱਲ ਕੀਤੀ ਆ ਨਾ, ਬੜਾ ਹੀ ਦੁੱਖ ਹੁੰਦਾ ਇਸ ਗੱਲ ਦਾ ਕਿ ਉਸੇ ਪਿੰਡ ਵਾਲਿਆਂ ਨੂੰ ਦਰਦ ਹੁੰਦਾ, ਗੁਆਂਢੀ ਨੂੰ ਵੀ ਨਹੀਂ ਹੁੰਦਾ ਵੀ ਜੇ ਗੁਆਂਢੀ ਪਿੰਡ 'ਚ ਹੋ ਗਿਆ ਤੇ ਅਸੀਂ ਆਪਣੇ ਪਿੰਡ 'ਚ ਪਹਿਰਾ ਲਾ ਲਈਏ। ਜਦੋਂ ਤੱਕ ਪਹਿਰੇ ਨਾ ਲਾਏ, ਆ ਤਖ਼ਤ ਸਾਹਿਬ ਦਾ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮਨਾਮਾ ਮੇਰੇ ਹੱਥ ਦੇ ਵਿੱਚ ਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਹੁਣ 50,000, ਕੱਲ 10,000 ਮਿਲਣਾ ਸੀ, ਹਰ ਦਿਨ 10-10,000 ਲੈ ਕੇ ਸਾਰੇ ਪੰਜਾਬ ਦੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਲਾਉਣਾ ਚਾਹੁੰਦੇ ਹਾਂ। ਜਿਹੜੇ ਵੀਰ, ਹੁਣ ਜਿੰਨੇ ਵੀ ਵੀਰ ਇਸ ਵੇਲੇ ਕਿਸੇ ਵੀ ਮਾਧਿਅਮ ਦੇ ਰਾਹੀਂ ਬੇਨਤੀ ਸੁਣਦੇ ਪਏ ਆ, ਜਿਹੜੇ ਆਪਣੇ ਏਰੀਏ 'ਚ ਇਸ ਸਟਿੱਕਰ ਲਗਵਾ ਸਕਦੇ ਆ, ਉਹ ਸਾਨੂੰ ਫੋਨ ਕਰੋ, ਸਹਿਯੋਗ ਦਿਓ, ਕਿਉਂਕਿ ਵੇਖੋ ਬੜਾ ਦੁੱਖ ਲੱਗਦਾ, ਬਹੁਤ ਦੁੱਖ ਲੱਗਦਾ, ਰੋਹ ਵੀ ਆਉਂਦਾ, ਉਹ ਦੁਸ਼ਟਾਂ ਦਾ ਸੋਧਾ ਲਾਉਣ ਦਾ ਵੀ ਰੋਹ ਚੜ੍ਹਦਾ। ਪਰ ਗੱਲ ਇਹ ਆ ਵੀ ਅੱਗੋਂ ਦੇ ਜੇ ਚੇਤੀ ਤਾਂ ਕਾਇਦ ਮਿਲੇ ਸਜ਼ਾ। ਇਹ ਗੱਲ ਸਿਰਫ ਇੱਕੋ ਹੀ ਆ, ਸਾਰੀ ਸ਼੍ਰੋਮਣੀ ਕਮੇਟੀ ਦੇ ਵੀ ਸਕੱਤਰ ਸਾਹਿਬ, ਪ੍ਰਧਾਨ ਸਾਹਿਬ ਨੇ ਭੇਜੇ ਨੇ ਸਾਰੇ ਵੀਰ, ਪ੍ਰਚਾਰਕ ਸਾਹਿਬ ਭਾਈ ਹਰਜੀਤ ਸਿੰਘ ਵੀ ਆਏ, ਭਾਈ ਚਾਨਣ ਸਿੰਘ ਜੀ ਆਏ ਨੇ, ਮਨਜੋ ਸਾਹਿਬ ਹੋਰੀ ਆਏ ਹੋਏ ਨੇ। ਸੋ ਸਾਰੇ ਵੀਰ ਵੇਖੋ, ਆਪਾਂ ਆਉਂਦੇ ਹਾਂ, ਪਰ ਕਿਉਂ ਨਾ ਆਪਾਂ ਪਹਿਲਾਂ ਹੀ ਦੱਕ ਲਈਏ ਵੀ